ਦੂਸਰੀ ਨੰਬਰ ਗੇਮ ਦੇ ਵਿੱਚ ਨਾ ਪਵੋ। ਜਿੰਨੀਆਂ ਨਵੀਆਂ ਖੋਜਾਂ ਹੋ ਰਹੀਆਂ ਬੱਚਿਆਂ ਦੇ ਭਵਿੱਖ ਬਾਰੇ, ਨੰਬਰਾਂ ਨੂੰ ਉਹਦੇ ਵਿੱਚੋਂ ਮਨਫੀ ਕੀਤਾ ਗਿਆ। ਅਸੀਂ ਵੇਖ ਲੈਂਦੇ ਹਾਂ ਸਾਡੇ ਬੱਚੇ ਦੇ ਨੰਬਰ 90%, 95%, 100%। ਕੋਈ ਜ਼ਰੂਰੀ ਨਹੀਂ ਵੀ 90-95% ਵਾਲਾ ਬੱਚਾ ਅੱਗੇ ਜਾ ਕੇ ਚੰਗਾ ਇਨਸਾਨ ਬਣੇਗਾ। ਹੋ ਸਕਦਾ 33% ਵਾਲਾ ਉਦੋਂ ਵਧੀਆ ਇਨਸਾਨ ਬਣ ਜਾਵੇ। ਸੋ ਨੰਬਰ ਗੇਮ ਦੇ ਵਿੱਚ ਨਾ ਪਾਓ, ਉਹਦੀ ਲਿਆਕਤ ਦੇ ਵਿੱਚ ਪਾਓ। ਬੱਚੇ ਦੀਆਂ ਜਿਹੜੀਆਂ ਆਦਤਾਂ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੋ, ਸਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰੋ। ਅਸੀਂ ਜਿਹੜਾ ਕੁਛ ਬੱਚੇ ਦੇ ਵਿੱਚ ਚੇਂਜਸ ਦੇਖ ਰਹੇ ਹਾਂ, ਸਾਡੇ ਤੋਂ ਪੁੱਛੋ, ਸਾਡੇ ਟੀਚਰਸ ਤੋਂ ਆ ਕੇ ਪੁੱਛੋ, ਤਾਂ ਕਿ ਅਸੀਂ ਬੱਚੇ ਨੂੰ ਸਹੀ ਸੇਧ ਆਪਾਂ ਰਲ ਮਿਲ ਕੇ ਦੇ ਸਕੀਏ। ਬੱਚੇ ਆਪਣਾ ਦੋਨਾਂ ਦਾ ਮੁੱਖ ਨਿਸ਼ਾਨਾ ਬੱਚਾ, ਤੁਹਾਡਾ ਵੀ ਸਾਡਾ ਵੀ। ਤੁਸੀਂ ਫੀਸ ਭਰ ਦਿਓਗੇ, ਟਾਈਮ ਵੀ ਉਹਦੇ 'ਤੇ ਦਿੰਦੇ ਹੋਗੇ। ਸਾਡੇ ਟੀਚਰ ਜਿਹੜੇ ਹੈਗੇ ਆ ਉਹ ਵੀ ਉਹਨਾਂ 'ਤੇ ਬੜੀ ਕੋਸ਼ਿਸ਼ ਕਰਦੇ ਆ, ਪਰ ਜੇ ਰਲ ਮਿਲ ਕੇ ਕਰਾਂਗੇ ਅਸੀਂ, ਫਿਰ ਹੀ ਬੱਚਿਆਂ ਨੂੰ ਸਹੀ ਸੇਧ ਮਿਲ ਸਕੂਗੀ। ਤੀਸਰੀ ਗੱਲ, ਥੋੜ੍ਹੀ ਜਿਹੀ ਟਾਈਮ ਦੀ ਪੰਕਚੁਐਲਿਟੀ ਰੱਖੋ। ਅੱਜ ਵੀ ਅਸੀਂ 10 ਵਜੇ ਪ੍ਰੋਗਰਾਮ ਸਟਾਰਟ ਕਰਨਾ ਸੀ, ਅਤੇ ਮੇਰੇ ਖਿਆਲ 11:15 ਅਸੀਂ ਸਟਾਰਟ ਕਰ ਸਕੇ। ਰੀਜ਼ਨ ਬਿਹਾਈਂਡ ਵੀ ਪੇਰੈਂਟਸ ਨਹੀਂ ਸੀ ਆਏ, ਤਾਂ ਪ੍ਰੋਗਰਾਮ ਸਟਾਰਟ ਕਿੱਥੋਂ ਕਰੀਏ, ਅਸੀਂ ਸਟਾਰਟ ਨਹੀਂ ਕਰ ਸਕੇ ਸੀ। ਸੋ ਟਾਈਮ ਦੀ ਥੋੜ੍ਹੀ ਜਿਹੀ ਪੰਕਚੁਐਲਿਟੀ ਜੇ ਅਸੀਂ ਰੱਖਾਂਗੇ, ਤਾਂ ਅੱਗੇ ਸਾਡੇ ਬੱਚੇ ਵੀ ਉਹੀ ਕੁਛ ਸਿੱਖਣਗੇ। ਜੇ ਮੰਨ ਲਓ 10 ਵਜੇ ਦਾ ਟਾਈਮ ਆ, ਤਾਂ ਅਸੀਂ 10 ਵਜੇ ਹੀ ਕਿਤੇ ਪਹੁੰਚਣਾ ਕਰੀਏ। ਜਦੋਂ ਸਾਡੇ ਬਹੁਤ ਸਾਰੇ ਬੱਚੇ ਪੜ੍ਹ ਕੇ ਬਾਹਰ ਜਾ ਰਹੇ ਆ, ਉੱਥੇ ਜਾ ਕੇ ਉਹ ਪੰਕਚੁਅਲ ਹੋ ਜਾਂਦੇ, ਇੱਥੇ ਕਿਉਂ ਨਹੀਂ ਪੰਕਚੁਅਲ ਅਸੀਂ ਹੋ ਸਕਦੇ? ਇੱਥੇ ਵੀ ਪੰਕਚੁਅਲ ਹੋਣਾ ਸਿੱਖੋ। ਤੁਸੀਂ ਇਹੀ ਸਮਝ ਲਓ ਵੀ ਇਹੀ ਅਮਰੀਕਾ ਹੈ, ਇਹੀ ਕਨੇਡਾ ਹੈ। ਇਹ ਸਾਨੂੰ ਆਦਤਾਂ ਕੁਛ ਬਦਲੀਏ। ਬਾਕੀ ਤੁਸੀਂ ਸਾਰੇ ਵਧਾਈ ਦੇ ਪਾਤਰ ਵੀ ਹੋ, ਵੈਸੇ ਮੈਂ ਆਪਦੇ ਰਿਪੋਰਟ ਦੇ ਵਿੱਚ ਦੱਸਣਗੇ, ਪਰ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਸਾਡਾ ਜਿਹੜਾ ਇਹ ਸਕੂਲ ਹੈਗਾ, ਤੁਹਾਡੀ ਸਹਿਯੋਗ ਦੇ ਨਾਲ ਵਿੱਦਿਆ ਦੇ ਵਿੱਚ ਤਾਂ ਬਹੁਤ ਅੱਗੇ ਜਾ ਰਿਹਾ, ਤੁਸੀਂ ਸਾਰੇ ਗਵਾਹ ਹੋ, ਸਪੋਰਟਸ ਦੇ ਵਿੱਚ ਵੀ ਬਹੁਤ ਅੱਗੇ ਜਾ ਰਿਹਾ, ਕਲਚਰ ਐਕਟੀਵਿਟੀਆਂ ਦੇ ਵਿੱਚ ਵੀ ਬਹੁਤ ਅੱਗੇ ਜਾ ਰਿਹਾ ਗਾ। ਸਪੋਰਟਸ ਦੇ ਵਿੱਚ ਇਸ ਵਾਰ ਆਪਣੇ ਸਕੂਲ ਦੇ 40 ਵਿਦਿਆਰਥੀ ਗੋਲਡ ਮੈਡਲ ਲੈ ਕੇ ਆਏ ਆ ਸਕੂਲ ਗੇਮਸ ਦੇ ਵਿੱਚੋਂ। ਸਿਲਵਰ ਮੈਡਲ 51 ਆਏ ਨੇ ਅਤੇ ਬ੍ਰੌਂਜ ਮੈਡਲ 29 ਆਏ ਨੇ। 10 ਬੱਚੇ ਆਪਣੇ ਸਟੇਟ ਵਾਸਤੇ ਸਿਲੈਕਟ ਹੋਏ ਨੇ ਔਰ 2 ਬੱਚੇ ਨੈਸ਼ਨਲ ਵਾਸਤੇ ਸਿਲੈਕਟ ਹੋਏ ਨੇ। ਬਹੁਤ ਵੱਡੀ ਅਚੀਵਮੈਂਟ ਆ ਤੁਹਾਡੀ, ਸਾਡੇ ਟੀਚਰਾਂ ਦੀ ਮਿਹਨਤ, ਧੰਨਵਾਦ। ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਤਾੜੀ ਮਾਰੀ, ਇਹ ਵੀ ਜ਼ਰੂਰੀ ਹੈ, ਤੁਹਾਡੇ ਬੱਚਿਆਂ ਦੀ ਹੌਸਲਾ ਅਫਜ਼ਾਈ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਪ੍ਰੋਗਰਾਮ ਚੱਲਣੇ ਆ, ਬੱਚਿਆਂ ਨੇ ਤਿਆਰੀਆਂ ਕੀਤੀਆਂ ਗੀਆਂ। ਇੱਕ ਮੈਂ ਗੁਜ਼ਾਰਿਸ਼ ਜ਼ਰੂਰ ਕਰਾਂਗਾ ਵੀ ਐਂਡ ਦੇ ਸਮੇਂ ਤੀਕਰ ਬੈਠੇ ਹੋ, ਜਾਇਓ ਨਾ, ਇਹ ਤੁਹਾਡੇ ਬੱਚੇ ਨੇ, ਇਹ ਤੁਹਾਡੇ ਬੱਚਿਆਂ ਨੇ ਤਿਆਰੀ ਕੀਤੀ ਆ, 20 ਦਿਨ ਪੂਰੇ ਲਾਏ ਆ ਇਹਨਾਂ ਨੇ। ਇਹ ਚਾਹੁੰਦੇ ਆ ਵੀ ਉਹਨਾਂ ਦੇ ਮਾਪੇ ਉਹਨਾਂ ਨੂੰ ਵੇਖਣ, ਅਤੇ ਜੇ ਤੁਸੀਂ ਉੱਠ ਕੇ ਚਲੇ ਗਏ, ਬੱਚਾ ਚਾਹੇ ਮੇਰਾ ਚਾਹੇ ਤੁਹਾਡਾ, ਇਹ ਨਹੀਂ ਵੀ ਮੇਰੇ ਬੱਚੇ ਦਾ ਪ੍ਰੋਗਰਾਮ ਤਾਂ ਹੋ ਗਿਆ ਮੈਂ ਤਾਂ ਇਹਨੂੰ ਲੈ ਕੇ ਚਲਿਆ ਜਾਵਾਂ, ਨਹੀਂ, ਇਸ ਤਰ੍ਹਾਂ ਨਹੀਂ, ਦੂਜੇ ਬੱਚੇ ਵੀ ਤੁਹਾਡੇ ਆ। ਸੋ ਮੇਰੀ ਬੇਨਤੀ ਹੈ ਵੀ ਅਖੀਰਲੇ ਸਮੇਂ ਤੀਕਰ ਬੈਠਣਾ ਸਾਰਿਆਂ ਨੇ। ਸੋ ਇੱਕ ਵਾਰ ਫੇਰ ਆਪ ਸਭ ਨੂੰ ਜੀ ਆਇਆਂ ਨੂੰ ਧੰਨਵਾਦ। ਥੈਂਕ ਯੂ ਸਰ ਫੋਰ ਯੂਰ ਅਨੈਸਟ ਵੈਲਕਮ। ਟੂਡੇ ਸਮ ਆਫ ਆਰ ਸਟੂਡੈਂਟਸ ਆਰ ਹੈਵਿੰਗ ਬਰਥਡੇ ਐਂਡ ਔਨ ਦੇ ਬਰਥਡੇ ਡੇ ਵੀ ਗਿਵ ਕਾਰਡਸ ਟੂ ਦ ਸਟੂਡੈਂਟਸ। ਅੰਸ਼ਵੀਰ ਸਿੰਘ ਆਫ ਸੈਕਿੰਡ ਲੋਟਸ, ਇਫ ਹੀ ਇਜ਼ ਦੇਅਰ ਪਲੀਜ਼ ਕਮ ਔਨ ਦ ਸਟੇਜ। ਐਂਡ ਆਈ ਰਿਕੁਐਸਟ ਆਰ ਵਰਦੀ ਜਨਰਲ ਸੈਕਟਰੀ ਸਰ ਟੂ ਪਲੀਜ਼ ਗਿਵ ਅਵੇ ਦੀਸ ਕਾਰਡਸ ਟੂ ਦ ਸਟੂਡੈਂਟਸ। ਪ੍ਰਭ ਕੀਰਤ ਕੌਰ ਫਸਟ ਲੀਲੀ, ਮਨਜਿੰਦਰ ਸਿੰਘ 8th ਰੋਸ, ਤੇਜਿੰਦਰ ਸਿੰਘ 10th ਲੀਲੀ ਐਂਡ ਨਿਰਮਲ ਸਿੰਘ 3rd ਲੋਟਸ।